ਅਸਲਾਮੁਆਲੇਕਮ ਜੀ ਕੀ ਹਾਲ ਚਾਲ ਹੈ ਮੇਰੇ ਸੱਜਣਾ ਮਿੱਤਰਾਂ ਤੇ ਬਿੱਲੀਆਂ ਦਾ ਅੱਲਾਹ ਤਾਲਾ ਦੀ ਜ਼ਾਤ ਮੇਰੇ ਸਾਰੇ ਦੋਸਤਾਂ ਨੂੰ ਆਪਣੇ ਇਬਜ਼ੂ ਮਾਨ ਚ ਰੱਖੇ ਅੱਜ ਅਸੀਂ ਤੁਹਾਡੇ ਵਾਸਤੇ ਜਨਾਬ ਲੈ ਕੇ ਆਏ ਆ ਪੰਪ ਐਕਸ਼ਨ ਪੰਪ ਐਕਸ਼ਨ ਇੱਕ ਦੇਸੀ ਏ ਇੱਕ ਚਾਈਨਾ ਦੀ ਏ ਇਹਨਾਂ ਦੋਵਾਂ ਦਾ ਆਪਾਂ ਰਿਵਿਊ ਕਰਾਂਗੇ ਰਿਵਿਊ ਕਰਕੇ ਦੇਖਾਂਗੇ ਕਿ ਕਿਹੜੀ ਬਿਹਤਰ ਏ ਕਿਹੜੀ ਚ ਕਿਹੜਾ ਮਟੀਰੀਅਲ ਯੂਜ਼ ਹੋਇਆ ਏ ਇਹਨਾਂ ਮੁਤਲਕਾ ਪਰ ਰਿਵਿਊ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਮੈਂ ਸਾਰੇ ਦੋਸਤਾਂਗੇ ਰਿਕੁਐਸਟ ਕਰਨੀ ਚਾਹਨਾ ਵਾ ਮੇਰੀ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਤਾਂ ਕਿ ਫਟਾਫਟ ਆਪਣਾ ਚੈਨਲ 1 ਮਿਲੀਅਨ ਤੇ ਪਹੁੰਚ ਸਕੇ ਜਦੋਂ 1 ਮਿਲੀਅਨ ਤੇ ਚੈਨਲ ਪਹੁੰਚ ਜਾਏਗਾ ਜਿਹੜੇ ਦੂਰ ਦੂਰ ਆਪਣੇ ਪੰਜਾਬੀ ਭਰਾ ਬੈਠੇ ਨੇ ਉਹਨਾਂ ਤੱਕ ਆਪਣੀ ਆਵਾਜ਼ ਪਹੁੰਚੇਗੀ ਲੋ ਜੀ ਅਸੀਂ ਤੁਹਾਨੂੰ ਦੱਸਦੇ ਹਾਂ ਜੀ ਇੱਕ ਪੰਪ ਐਕਸ਼ਨ ਹੈ ਆਪਣੇ ਕੋਲ ਚਾਈਨਾ ਦੀ ਤੇ ਦੂਸਰੀ ਪੰਪ ਐਕਸ਼ਨ ਹੈ ਦੇਸੀ ਇਹ ਦੇਸੀ ਪੰਪ ਐਕਸ਼ਨ ਹੈ ਇੰਦੇ ਵਿੱਚ ਆਪਾਂ ਹਲਕੀ ਤੋਂ ਹਲਕੀ ਪمپ ਐਕਸ਼ਨ ਦਰੇ ਤੋਂ ਤਿਆਰ ਕਰਾ ਸਕਨੇ ਆ ਇੰਦੇ ਵਿੱਚ ਆਪਾਂ ਅੱਛੀ ਤੋਂ ਅੱਛੀ ਪੰਪ ਐਕਸ਼ਨ ਦਰੇ ਜੋ ਤਿਆਰ ਕਰਾ ਸਕਨੇ ਆ ਇੰਦਾ ਜਿਹੜਾ ਮਟੀਰੀਅਲ ਏ ਉਹ ਅੱਛਾ ਯੂਜ਼ ਕੀਤਾ ਗਿਆ ਏ ਦਰੇ ਦੇ ਵਿੱਚ ਤਕਰੀਬਨ ਪੰਪ ਐਕਸ਼ਨ ਸ਼ੁਰੂ ਹੋ ਜਾਂਦੀ 8 ਕੁ ਹਜ਼ਾਰ ਰੁਪਏ ਤੋਂ ਲੈ ਕੇ ਤੇ 5000 ਰੁਪਏ ਤੱਕ ਜਿਹੜੀ ਇਹਨਾਂ ਪੰਪ ਐਕਸ਼ਨ ਤਿਆਰ ਹੁੰਦੀ ਏ ਉਹ ਉਥੇ ਤੁਸੀਂ ਚਾਹੋ ਜਿੰਨੀ ਮਰਜ਼ੀ ਹਲਕੀ ਤੁਸੀਂ ਜਿਹੜੀ ਇਹ ਨਾ ਪੰਪ ਐਕਸ਼ਨ ਜਿਹੜੀ ਵੀ ਚੀਜ਼ ਤਿਆਰ ਕਰਾਣਾ ਚਾਹਦੇ ਜੋ ਤੁਸੀਂ ਕਰਾ ਸਕਦੇ ਜੀ ਔਰ ਇਹਦੇ ਵਿੱਚ ਜਿਹੜੀ ਬਾਡੀ ਏ ਉਹ ਸਿਲਵਰ ਦੀ ਏ ਇਹਨਾਂ ਨੇ ਵਜ਼ਨ ਘਟਾਉਣ ਆਸਤੇ ਜਿਹੜੀ ਪਿਛਲੀ ਬਾਡੀ ਏ ਉਹ ਸਿਲਵਰ ਦੀ ਬਣਾਈ ਏ ਔਰ ਬੈਰਲ ਲੋਹੇ ਦੀ ਏ ਔਰ ਥੱਲੇ ਵਾਲਾ ਪਾਈਪ ਜਿਹੜਾ ਬਾਰੀਕ ਲਗਾਇਆ ਆ ਜਿੰਦੇ ਵਿੱਚ ਕਾਰਤੂਸ ਪਾਉਂਦੇ ਨੇ ਪੰਪ ਐਕਸ਼ਨ ਔਰ ਰਿਪੀਟਰ ਦੇ ਵਿੱਚ ਕੀ ਫਰਕ ਹੈ ਪੰਪ ਐਕਸ਼ਨ ਲੋਗ ਹੁਣ ਨਹੀਂ ਪਸੰਦ ਨਹੀਂ ਕਰਦੇ ਪੰਪ ਐਕਸ਼ਨ ਪਹਿਲੇ ਬਹੁਤ ਜ਼ਿਆਦਾ ਪਸੰਦ ਕੀਤੀ ਜਾਂਦੀ ਸੀ ਹੁਣ ਆ ਕੇ ਲੋਗ ਪੰਪ ਐਕਸ਼ਨ ਨੂੰ ਇੰਨਾ ਪਸੰਦ ਨਹੀਂ ਕਰਦੇ ਲੋਗ ਜ਼ਿਆਦਾ ਰਿਪੀਟਰ ਨੂੰ ਪਸੰਦ ਕਰਦੇ ਨੇ ਰਿਪੀਟਰ ਔਰ ਪੰਪ ਐਕਸ਼ਨ ਦੇ ਵਿੱਚ ਫਰਕ ਹੈ ਵੇ ਰਿਪੀਟਰ ਜਿਹੜੀ ਹੈ ਉਹਦਾ ਤੁਸੀਂ ਇੱਕ ਦਫਾ ਬੁਲਟ ਮਾਰਨਾ ਹੈ ਤੁਸੀਂ ਘੋੜਾ ਨੱਪੀ ਜਾਣਾ ਹੈ ਉਹਦੇ ਵਿੱਚੋਂ ਜਿਹੜੇ ਕਾਰਟੂਸ ਨੇ ਉਹ ਬਾਹਰ ਡਿੱਗਦੇ ਜਾਣਗੇ ਔਰ ਪੰਪ ਐਕਸ਼ਨ ਦਾ ਜਦੋਂ ਤੁਸੀਂ ਬੁਲਟ ਮਾਰਨਾ ਹੈ ਉਹਦਾ ਇੱਕ ਹੀ ਕਾਰਤੂਚਾ ਨਾ ਉਹਦੇ ਵਾਸਤੇ ਦੁਬਾਰਾ ਤੁਸੀਂ ਪੰਪ ਮਾਰੋਗੇ ਤੇ ਦੂਸਰਾ ਕਾਰਤੂਚ ਜਿਹੜਾ ਨਾ ਉਹ ਚੱਲੇਗਾ ਪਹਿਲਾ ਖੋਲ ਬਾਇ ਡਿੱਗ ਪਵੇਗਾ ਰਿਪੀਟਰ ਔਰ ਪੰਪ ਐਕਸ਼ਨ ਦੇ ਵਿੱਚ ਤੁਹਾਨੂੰ ਅਸੀਂ ਫਰਕ ਦੱਸ ਦਿੱਤਾ ਹੈ ਜ਼ਿਆਦਾਤਰ ਲੋਕ ਅੱਜ ਕਾ ਰਿਪੀਟਰ ਲੈ ਰਹੇ ਨੇ ਰਿਪੀਟਰ ਤੁਰਕੀ ਦੀ ਜਿਹੜੀ ਹੈ ਉਹ ਤਕਰੀਬਨ ਲੱਖ ਰੁਪਏ ਦੇ ਆ라운ਡ ਬਾਊਟ ਹੈ ਦੇਸੀ ਜਿਹੜੀ ਉਹ 50000 ਰੁਪਏ ਦੇ ਆ라운ਡ ਬਾਊਟ ਹੈ ਦੇਸੀਆਂ ਦੇ ਵਿੱਚ ਫਿਰ ਉਹੋ ਹੀ ਗੱਲ ਹੈ ਕਿ ਉਹ ਕੁਆਲਿਟੀ ਆ ਜਾਂਦੀਆਂ مختلف ਕੁਆਲਿਟੀਆਂ ਆndੀਆਂ ਨੇ ਜਿਹੜੀ ਦੇਸੀ ਪੰਪ ਐਕਸ਼ਨ ਨੇ ਇਹ ਆਪਣੀਆਂ ਪੰਪ ਐਕਸ਼ਨਾਂ اور ਪਿਸਟਲ ਤਿਆਰ ਕਰਾਨਾ ਵਾਸਤੇ ਜਮੀਲ ਟਵਾਨਾ ਸਾਹਿਬ ਜਾਂਦੇ ਨੇ ਜੀ ਦਰੇ ਦੇ ਵਿੱਚ ਦਰੇ ਜਾ ਕੇ ਤੇ ਉਥੋਂ ਬਿਹਤਰੀਨ ਮਟੀਰੀਅਲ ਲੈਂਦੇ ਨੇ ਮਟੀਰੀਅਲ ਲੈ ਕੇ ਤੇ ਉਹਨੂੰ ਤਿਆਰ ਕਰਾਉਂਦੇ ਨੇ ਜੀ ਦਰੇ ਬਨੀਆਂ ਬਨਾਈਆਂ ਵੀ ਚੀਜ਼ਾਂ ਲੱਭ ਜਾਂਦੀਆਂ ਨੇ ਚਾਹੇ ਤੁਸੀਂ ਉਹਨੂੰ ਅੱਛੇ ਮਟੀਰੀਅਲ ਦੀ ਤਿਆਰ ਕਰਾ ਸਕਦੇ ਜੇ ਬੈਰਲ ਅੱਛੇ ਮਟੀਰੀਅਲ ਦੀ ਲਵਾ ਸਕਦੇ ਜੇ ਉਹਦੇ ਬੁਲਟ ਜਿਹੜੇ ਨੇ ਉਹਨਾਂ ਨੂੰ ਹਾਰਡ ਕਰਾ ਕੇ ਟੈਂਪਰ ਕਰਾ ਕੇ بہترین قسم ਦਾ ਜਿਹੜਾ ਨਾ ਲੋਹਾ ਲਵਾ ਕੇ ਤੁਸੀਂ ਉਹਨੂੰ ਤਿਆਰ ਕਰਾ ਸਕਦੇ ਜੇ ਇਹਦੀ ਜਿਹੜੀ ਸਿਲਵਰ ਬਾਡੀ ਹੈ ਉਹ ਬਾਡੀ ਸਿਰਫ ਵਜ਼ਨ ਘੱਟ ਕਰਨ ਆਸੀ ਹੁੰਦੀ ਹੈ ਅਗਰ ਲੋਹੇ ਦੀ ਬਾਡੀ ਬਣ ਜਾਵੇ ਲੋਹੇ ਦੀ ਬਾਡੀ ਮਜ਼ਬੂਤ ਬੜੀ ਹੈ ਲੇਕਿਨ ਵਜ਼ਨ ਵੱਧ ਜਾਂਦਾ ਇਸ وجہ ਤੋਂ ਵਜ਼ਨ ਘੱਟ ਕਰਨ ਵਾਸਤੇ ਬਾਡੀ ਜਿਹੜੀ ਪਿਛਲੀ ਸਿਲਵਰ ਦੀ ਲਗਾਈ ਜਾਂਦੀ ਹੈ ਤੇ ਜਿਹੜਾ ਇਹ ਨਾ ਪمپ ایکشن ਦਾ દોਰ ਪمپ ایکشن ਤੇ ਬੜਾ ਅਰੂਜ ਰਿਹਾ ਹੈ ਇੱਕ દોਰ ਦੇ ਵਿੱਚ ਜਿਹੜਾ ਦੌਰ ਸੀ 1992 93 ਤੋਂ ਸਟਾਰਟ ਹੁੰਦਾ ਸੀ ਦੌਰ ਉਸ ਤੋਂ ਪਹਿਲੇ ਜਿਹੜੀਆਂ ਨਾ ਇੱਕ ਨਾਲ ਹੀ ਦੁਨਾਲੀ ਬੰਦੂਕਾਂ ਆਂਦੀਆਂ ਸੀ ਨਵੀਂ-ਨਵੀਂ ਪੰਪ ਐਕਸ਼ਨ ਇੰਟਰੋਡਿਊਸ ਹੋਈ ਪੰਪ ਐਕਸ਼ਨ ਲੋਕਾਂ ਨੇ ਬਹੁਤ ਪਸੰਦ ਕੀਤੀ ਉਸ ਤੋਂ ਪਹਿਲੇ ਜਾਂ ਇੱਕ ਨਾਲ ਹੀ ਵੱਲੀ ਬੰਦੂਕ 'ਚ ਇੱਕ ਕਾਰਤੂਸ ਪੈਂਦਾ ਸੀ ਦੁਨਾਲੀ ਬੰਦੂਕ ਦੇ ਵਿੱਚ ਦੋ ਕਾਰਤੂਸ ਪੈਂਦੇ ਸੀ ਉਦੋਂ ਪਹਿਲੀ ਦਫਾ ਪੰਪ ਐਕਸ਼ਨ ਆਈ ਇਹਦੇ 'ਚ 7 ਕਾਰਤੂਸ ਪੈਂਦੇ ਸਨ ਲੋਕਾਂ ਨੇ ਇਹਨੂੰ ਬੜਾ ਐਪਰੀਸ਼ੀਏਟ ਕੀਤਾ ਬਹੁਤ ਜ਼ਬਰਦਸਤ ਬੰਦੂਕ ਚੱਲੀ ਉਦੋਂ ਵਿੰਚੈਸਟਰ ਦੀ ਪੰਪ ਐਕਸ਼ਨ ਆਉਂਦੀ ਸੀ ਲਾਲ ਰੰਗ ਦੇ ਡੱਬੇ ਦੇ ਵਿੱਚ ਅਮਰੀਕਾ ਦੀ ਯੂ ایس اے ਦੀ ਉਹ ਪੰਪ ਐਕਸ਼ਨ ਤਕਰੀਬਨ ਉਸ ਵਲੇ 27000 ਰੁਪਏ ਦੀ ਸੀ ਕਮੋ ਵੇਚ ਕੋਹnde ਜੋ ਕੁਝ ਵੱਧ ਵੀ ਹੋ ਸਕਦਾ ਹੈ ਕੁਝ ਘੱਟ ਵੀ ਹੋ ਸਕਦੇ ਨੇ ਪੈਸੇ ਲੇਕਿਨ ਇਹਦੇ ਕਰੀਬ-ਕਰੀਬ ਉਦੋਂ ਪੰਪ ਐਕਸ਼ਨ ਸਿਰਫ ਜਿਹੜੇ ਵੱਡੇ ਮੋٹے ਜ਼ਿੰਮੇਦਾਰ ਸੀ ਉਹ ਅਫੋਰਡ ਕਰਦੇ ਸੀ 92 93 ਦੇ ਵਿੱਚ 27000 ਰੁਪਏ ਦੀ ਇੱਕ ਵੈਲਿਊ ਸੀ ਹਰ ਬੰਦਾ ਉਦੋਂ ਮਸਲਨ ਕਿ ਵੰਚੈਸਟਰ ਦੀ ਪੰਪ ਐਕਸ਼ਨ ਹੀ ਲੈ ਸਕਦਾ ਦੇਸੀ ਪੰਪ ਐਕਸ਼ਨ ਉਸ ਵਕਤ ਤਕਰੀਬਨ 4500 ਰੁਪਏ ਦੀ ਸੀ ਜ਼ਿਆਦਾ ਜਿਹੜੀਆਂ ਪੰਪ ਐਕਸ਼ਨਾਂ ਸੇਲ ਹੁੰਦੀਆਂ ਸਨ ਉਹ ਦੇਸੀ ਹੁੰਦੀਆਂ ਸਨ ਦੇਸੀ ਦੇ ਵਿੱਚ ਬਹੁਤ ਸਾਰੀਆਂ ਕੰਪਨੀਆਂ ਆਈਆਂ ਸਨ ਦਾਨਿਸ਼ ਦੀ ਪੰਪ ਐਕਸ਼ਨ ਬੜੀ ਅੱਛੀ ਚੱਲਦੀ ਰਹੀਏ ਗਾਰਡ ਕੰਪਨੀ ਦੀ ਪੰਪ ਐਕਸ਼ਨ ਜਿਹੜੀ ਕੁਝ ਨਾਲੇ ਦੀ ਬਣੀ ਹੋਈ ਸੂਫੀ ਮੁਹੰਮਦ ਸ਼ਫੀ ਵਾਲਿਆਂ ਦੀ ਉਹ ਆਪਾਂ ਬਹੁਤ ਜ਼ਿਆਦਾ ਸੇਲ ਕੀਤੀ ਏ ਉਹਦੀ ਆਪਾਂ 5 ਸਾਲਾਂ ਦੀ ਗਾਰੰਟੀ ਦੇਈ ਦੀ ਸੀ ਜਿਹੜੇ ਲੋਕ ਕਸੂਰ ਦੇ ਕਰੀਬ ਰਹਿੰਦੇ ਨੇ ਉਹਨਾਂ ਨੂੰ ਪਤਾ ਸੀ ਕਿ ਜਿਹੜੀ ਨਾ ਆਪਣਾ ਉਹ ਆਪਾ ਪمپ ਐਕਸ਼ਨ ਕਿੰਨੀ ਵੇਚੀ ਹੈ ਲੋ ਜੀ ਇਹ ਪمپ ਐਕਸ਼ਨ ਇਹ ਚਾਈਨਾ ਦੀ ਚਾਈਨਾ ਦੀ ਨੁਰਿੰਕੋ ਕੰਪਨੀ ਦੀ ਇਹਦੇ ਉੱਤੇ ਪਹਿਲੇ 20 ਆਪਰ ਵੀਊ ਕਰ ਚੁੱਕੇ ਆ ਚਾਈਨਾ ਦੀ ਪمپ ਐਕਸ਼ਨ ਦੀ ਜਿਹੜੀ ਪਿਛਲੀ ਬਾਡੀ ਹੈ ਉਹਨਾਂ ਨੇ ਵਜ਼ਨ ਘਟ ਨਹੀਂ ਕੀਤਾ ਉਹਨਾਂ ਨੇ ਲੋਹੇ ਦੀ ਬਾਡੀ ਬਣਾਈ ਹੈ ਲੋਹੇ ਦੀ ਜਿਹੜੀ ਬਾਡੀ ਹੈ ਉਹ ਬਹੁਤ ਜ਼ਬਰਦਸਤ ਹੈ ਕਿਉਂਕਿ ਲੋਹੇ ਬਾਡੀ ਦੀ ਪੰਪ ਐਕਸ਼ਨ ਜਿਹੜੀ ਹੈ ਉਹ ਵਜ਼ਨੀ ਥੋੜੀ ਜ਼ਰੂਰ ਜ਼ਿਆਦਾ ਹੋ ਜਾਂਦੀ ਹੈ ਲੇਕਿਨ ਇਹਨੂੰ ਭਾਵੇਂ ਚਲਾਵੇਂ ਕਿਸੇ ਸਿਰ 'ਚ ਵੀ ਮਾਰੋ ਉਹਦਾ ਖੁੰਨਾ ਵੀ ਖੁੱਲ ਜਾਂਦਾ ਟਾਈਮ ਨਾਲ ਉਹ ਜਿਹੜੀ ਲੋਹਾ ਬਾਡੀ ਇਹਨੂੰ ਭਾਵੇਂ ਟ੍ਰੈਕਟ ਥੱਲੇ ਦਿੱਤੀ ਜੋ ਇਹਦੀ ਬਾਡੀ ਨੂੰ ਕੋਈ ਨੁਕਸ ਨਹੀਂ ਪੈ ਸਕਦਾ ਕਿਉਂਕਿ ਇਹਦੀ ਬਾਡੀ ਉਹਨਾਂ ਨੇ ਬਣਾਈ ਇੰਨੀ ਜ਼ਿਆਦਾ ਮਜ਼ਬੂਤ ਹੈ ਇਹ ਬਹੁਤ ਜ਼ਬਰਦਸਤ ਇਹਦੀ ਬਾਡੀ ਬਣਾਈ ਹੈ ਉਹਨਾਂ ਨੇ ਵੈਰਲ ਉਹਨਾਂ ਨੇ ਲੋਹੇ ਦੀ ਲਗਾਈ ਹੈ ਅੱਛੇ ਲੋਹੇ ਦੀ ਥੱਲੇ ਪਾਈਪ ਲੱਗਾ ਆਇਆ ਹੈ ਇੰਦੇ ਦੇਸੀ ਦੇ ਵਿੱਚ ਔਰ ਵਲੈਤੀ ਦੇ ਵਿੱਚ ਫਰਕ ਇਹ ਵੇ ਕਿ ਦੇਸੀ ਪੰਪ ਐਕਸ਼ਨ ਜਿਹੜੀ ਏ ਉਹਦਾ ਖੋਲ ਨਿਕਲੇਗਾ ਸਾਈਡ ਤੋਂ ਔਰ ਚਾਇਨਾ ਦੀ ਪੰਪ ਐਕਸ਼ਨ ਦਾ ਖੋਲ ਜਿਹੜਾ ਜਿੱਥੋਂ ਤੁਸੀਂ ਕਾਰਤੂਸ ਪਾਉਂਦੇ ਜੇ ਉਥੋਂ ਹੀ ਨਿਕਲੇਗਾ ਜਿਸ ਲਈ ਤੁਸੀਂ ਪੰਪ ਮਾਰਦੇ ਜੇ ਨਾ ਉਸ ਲਈ ਇੰਦੇ ਵਿੱਚੋਂ ਜਿਹੜਾ ਏ ਕਾਰਤੂਸ ਚਲਾਉਂਦੇ ਜੇ ਇੱਕ ਪੰਪ ਮਾਰੋਗੇ ਕਾਰਤੂਸ ਚੱਲ ਜਾਏਗਾ ਜਿਸ ਲਈ ਤੁਸੀਂ ਬੁਲਟ ਮਾਰੋਗੇ ਤੇ ਖੋਲ ਬਾਹਰ ਨਿਕਲੇਗਾ ਤੇ ਨਵਾਂ ਕਾਰਤੂਸ ਜਿਹੜਾ ਨਾ ਉਹਨ ਦੇ ਵਿੱਚ ਚਲਾ ਜਾਵੇਗਾ ਇਹ ਪੰਪ ਐਕਸ਼ਨ ਜਿਹੜੀ ਚਾਈਨਾ ਵਾਲਿਆਂ ਦੀ ਬਣੀ ਹੋਈ ਏ ਇਹ ਬਹੁਤ ਮਜ਼ਬੂਤ ਹੈ ਫਿਲ ਵਕਤ ਇੰਪੋਰਟ ਬੰਦ ਏ ਜਿਸਲੇ ਇੰਪੋਰਟ ਬੰਦ ਹੁੰਦੀ ਏ ਉਸਲੇ ਜਿਹੜੀ ਚੀਜ਼ ਬੰਦੇ ਕੋ ਪਈ ਹੋਵੇ ਉਹਦਾ ਆਪ ਦਾ ਰੇਟ ਹੁੰਦਾ ਏ ਜਿਹੜੀਆਂ ਦੇਸੀ ਚੀਜ਼ਾਂ ਉਹਨਾਂ ਦੀ ਤੇ ਸੁਰਤੀਆਲ ਹੋਰ ਹੁੰਦੀ ਏ ਲੇਕਿਨ ਜਿਹੜੀਆਂ ਇੰਪੋਰਟਡ ਚੀਜ਼ਾਂ ਨੇ ਉਹ ਜਿਹੜੇ ਜਿਹੜੇ ਬੰਦੇ ਕੋ ਪਈ ਏ ਉਹਦਾ ਆਪ ਦਾ ਰੇਟ ਏ ਤੇ ਉਹ ਇਸ ਵਕਤ ਇੰਪੋਰਟ ਨਹੀਂ ਹੋਈ ਤੁਹਾਨੂੰ ਕਿਤੋਂ ਵੀ ਮਿਲੇਗੀ ਤੇ ਯੂਜ਼ ਦੇ ਵਿੱਚ ਮਿਲ ਸਕਦੀ ਪੰਪ ਐਕਸ਼ਨ ਚਾਇਨਾ ਦੀ ਜਿਹੜੀ ਹੈ ਔਰ ਜਿਹੜੀ ਦੇਸੀ ਪمپ ਐਕਸ਼ਨ ਨੇ ਇਹ ਪمپ ਐਕਸ਼ਨ ਤੁਹਾਨੂੰ ਹੁਣ ਇਸ ਵੇਲੇ ਮਾਰਕੀਟ ਚ ਜਿਹੜੀ ਥੋੜੀ ਜੀ ਅੱਛੀ ਪمپ ਐਕਸ਼ਨ ਨੇ ਉਹ ਤਕਰੀਬਨ 5000 ਰੁਪਏ ਦੀ ਚੱਲਦੀ ਪਈ ਹੈ ਜਿਹੜੀ ਦੇਸੀ ਪمپ ਐਕਸ਼ਨ ਹੈ ਦੇਸੀ ਪمپ ਐਕਸ਼ਨਾਂ ਦੇ ਵਿੱਚ ਵੀ ਲੋਹੇ ਬਾਡੀ ਵਾਲੀਆਂ ਪمپ ਐਕਸ਼ਨਾਂ ਬਣੀਆਂ ਸੀ ਜਿਹੜੇ ਕੋ دوست ਨੇ ਪਹਿਲੇ ਜਿਨ੍ਹਾਂ ਨੇ ਲਈ ਰੱਖੀਆਂ ਨੇ ਉਹਨਾਂ ਨੂੰ ਪਤਾ ਹੋਏਗਾ ਵੀ ਆਈਪੀ ਦੇ ਨਾਮ ਤੋਂ ਇੱਕ ਪمپ ਐਕਸ਼ਨ ਆਂਦੀ ਸੀ ਲੋਹੇ ਬਾਡੀ ਦੇ ਵਿੱਚ ਲੇਕਿਨ ਉਹ ਪੰਪ ਐਕਸ਼ਨ ਤੇ ਚਾਈਨਾ ਦੀ ਪੰਪ ਐਕਸ਼ਨ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ ਉਹ ਲੋਹੇ ਬਾਡੀ ਦੇ ਵਿੱਚ ਬਣੀਆਂ ਜ਼ਰੂਰ ਸਨ ਲੇਕਿਨ ਚੋਂਕਿ ਸਾਡੇ ਕੋਲ ਉਹਨਾਂ ਜਿੰਨੀ ਟੈਕਨੋਲੋਜੀ ਨਹੀਂ ਸੀ ਹੈ ਉਦੋਂ ਅਸੀਂ ਜਿਹੜਾ ਨਾ ਇੰਨੀਆਂ ਜ਼ਿਆਦਾ ਅੱਛੀਆਂ ਨਹੀਂ ਸਾ ਤਿਆਰ ਕਰ ਸਕਦੇ ਪੰਪ ਐਕਸ਼ਨਾਂ ਤਿਆਰ ਹੁੰਦੀਆਂ ਸਨ ਲੇਕਿਨ ਉਹ ਚੱਲਦੀਆਂ ਵੀ ਨਾਰਮਲ ਜੀਆਂ ਸਨ ਕਿਤੇ ਨਾ ਕਿਤੇ ਉਹ ਖਰਾਬ ਹੋਈਆਂ ਰਹਿੰਦੀਆਂ ਸਨ ਮਿਸਤਰੀ ਦਾ ਬੰਦੇ ਨੂੰ ਤਾਬਿਆ ਜੇ ਦੇਸੀ ਅਸਲਾ ਲੈਣਾ ਫਿਰ ਮਿਸਤਰੀ ਨੂੰ ਯਾ ਬੇਲੀ ਬਣਾਣਾ ਪੈਣਾ ਤੇ ਯਾ ਉਹਦੀ ਤਾਬਿਆਦਾਰੀ ਕਰਨੀ ਪੈਣੀ ਹੈ ਪਿੰਡੋਂ ਮਿਸਤਰੀ ਆਸ ਤੇ ਦੁੱਧ ਘਿਓ ਮੱਖਣ ਦੇਸੀ ਮੁਰਗਾ ਵੀ ਲੈਣਾ ਪੈਂਦਾ ਸੀ ਜੇ ਤੁਸੀਂ ਦੇਸੀ ਥਿਆਰ ਰੱਖਣਾ ਤੇ ਜੇ ਤੁਸੀਂ ਵਿਲਵਲੈਤੀ ਥਿਆਰ ਰੱਖਣਾ ਤੇ ਫਿਰ ਤੁਹਾਨੂੰ ਕਿਸੇ ਦੀ ਲੋੜ ਕੋਈ ਨਹੀਂ ਫਿਰ ਤੁਸੀਂ ਜਿੰਦੇ ਨਾਲ ਮਰਜ਼ੀ ਰਵੋ ਤੇ ਜਿਵੇਂ ਮਰਜ਼ੀ ਰਵੋ ਮੈਂ ਆਖਰ ਦੇ ਉੱਤੇ ਸਾਰੇ ਦੋਸਤਾਂ ਨੂੰ ਰਿਕਵੈਸਟ ਕਰਨੀ ਚਾਹੁੰਦਾ ਵਾਂ ਮੇਰੀ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਜਿਹੜੇ ਲਹਿੰਦੇ ਪੰਜਾਬ ਵਾਲੇ ਨੇ ਚੜ੍ਹਦੇ ਪੰਜਾਬ ਵਾਲੇ ਨੇ ਆਸਤੇ ਵਸਦੇ ਰਹਿਣ ਖੁਸ਼ ਰਹਿਣ ਆਬਾਦ ਰਹਿਣ ਪਾਕਿਸਤਾਨ ਜ਼ਿੰਦਾਬਾਦ